ਕਰ ਦੋਸਤੋ, ਕਾਫੀ ਵੀਰਾਂ ਦੇ ਮੈਸੇਜ ਆਏ ਨੇ ਕਿ ਗਰਮੀ ਦੇ ਵਿੱਚ ਖਾਣ ਵਾਲਾ ਕੋਈ ਆਸਾਨ ਜਿਹਾ ਨੁਸਖਾ ਦੱਸੋ। ਜਿਹਦੇ ਇਹ ਜਿਹੜਾ ਅੱਜ ਤੁਹਾਨੂੰ ਨੁਸਖਾ ਦੱਸਣ ਜਾ ਰਹੇ ਹਾਂ, ਇਹ ਗਰਮੀਆਂ ਦੇ ਵਿੱਚ ਤੁਸੀਂ ਬੇਫਿਕਰ ਹੋ ਕੇ ਯੂਜ਼ ਕਰ ਸਕਦੇ ਹੋ। ਭਾਵੇਂ ਤੁਹਾਡੀ ਗਰਮ ਤਸੀਰ ਹੈ, ਭਾਵੇਂ ਦੀ ਬਾਤ ਹੈ, ਭਾਵੇਂ ਦੀ ਪਿੱਤਾ ਹੈ, ਤੁਸੀਂ ਤਿੰਨੇ ਤਸੀਰ ਵਾਲੇ ਨੂੰ ਯੂਜ਼ ਕਰ ਸਕਦੇ ਹੋ। ਤੁਹਾਨੂੰ 100% ਰਿਜ਼ਲਟ ਮਿਲੂਗਾ ਇਹਦੇ ਨਾਲ। ਤੁਹਾਡਾ ਠੀਕ ਹੀ ਕਿਉਂ, ਟਾਈਮਿੰਗ ਦੀ ਸਮੱਸਿਆ, ਸ਼ੀਗਰ ਪਤਨ ਦੀ ਪ੍ਰੋਬਲਮ ਹੋਗੀ, ਢਿੱਲਾਪਣ ਰਹਿੰਦਾ, ਪੈਨਸੀ ਸ਼ਰਿੰਕ ਹੋ ਗਿਆ, ਪ੍ਰੋਬਲਮਾਂ ਜਿਹੜੇ ਤੁਹਾਡੇ ਠੀਕ ਹੋ ਜਾਣਗੇ। ਵੀਰ ਗਾੜਾ ਉਸ ਸਪਰਮ ਦੀ ਕੁਆਂਟਿਟੀ ਵਧੂ। ਇਹਦੇ ਲਈ ਤੁਸੀਂ ਕੀ ਲੈਣੇ ਜੇ 20 ਗ੍ਰਾਮ ਸਵਰਨ ਬੰਗ ਭਸਮ ਲੈਣੀ ਹੈ, 10 ਗ੍ਰਾਮ ਬੰਗ ਭਸਮ ਲੈਣੀ ਹੈ, 10 ਗ੍ਰਾਮ ਕੁਸਤਾ ਵੈਜ਼ਾ ਮੁਰਗ ਲੈਣਾ ਹੈ, 20 ਗ੍ਰਾਮ ਤੱਪਾਸੀਰ ਲੈਣੀ ਹੈ, ਅਸਲੀ 20 ਗ੍ਰਾਮ ਹਰੀ ਇਲਾਇਚੀ, 200 ਗ੍ਰਾਮ ਇਹਦੇ ਵਿੱਚ ਤੁਸੀਂ ਨੇ ਵੀਰ ਸੋਧਨ ਚੂਰਨ ਪਾਉਣਾ ਹੈ, ਤੇ 100 ਗ੍ਰਾਮ ਇਹਦੇ ਵਿੱਚ ਤੁਸੀਂ ਪਤੰਜਲੀ ਦਾ ਜੋਬਣ ਚੂਰਨ ਪਾਉਣਾ ਹੈ। ਸਭ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹਦੀ ਘੁਟਾਈ ਕਰਨੀ ਹੈ, ਰਗੜ ਕੇ ਸਭ ਨੂੰ ਮਿਕਸ ਕਰਕੇ 3 ਗ੍ਰਾਮ ਸਵੇਰੇ 3 ਗ੍ਰਾਮ ਰਾਤ ਨੂੰ ਲਓ। ਦੁੱਧ ਉਬਾਲ ਕੇ ਠੰਡਾ ਕਰਕੇ ਉਹਦੇ ਨਾਲ ਲੈਣਾ। ਤੁਹਾਨੂੰ ਘੋੜੇ ਵਰਗੀ ਮਰਦਾਨਾ ਤਾਕਤ ਸਿਰਫ 1 ਹਫਤੇ ਦੇ ਵਿੱਚ ਗਰੰਟੀ ਨਾਲ ਮਿਲ ਜੂ। ਇੰਨਾ ਕੁ ਘੈਂਟ ਨੁਸਖਾ ਤੁਸੀਂ ਖਾ ਕੇ ਹੈਰਾਨ ਰਹਿ ਜਾਓਗੇ, ਚਿਹਰੇ ਤੇ ਲਾਲੀ ਆਊਗੀ, ਜਿਹੜੀ ਵੀਕਨੈਸ ਹੈ ਤੁਹਾਡੇ ਸ਼ੂ ਮੰਤਰ ਹੋ ਜੂ। ਬਹੁਤ ਘੈਂਟ ਨੁਸਖਾ, ਵਰਤੋਂ ਤੇ ਲਾਭ ਉਠਾਓ। ਸਤਿ ਸ਼੍ਰੀ ਅਕਾਲ।